ਪੰਜਾਬ ਸਰਕਾਰ ਵੱਲੋਂ ਡੀਜੀਪੀ ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂ ਤੇ ਮੋਹਰ ਲੱਗ ਗਈ ਹੈ। ਉਹਨਾਂ ਦਾ ਕਾਰਜਕਾਲ 2024 ਵਿੱਚ ਖਤਮ ਹੋਵੇਗਾ। ਗੁਪਤਾ ਇਸ ਵੇਲੇ ਇੰਟੈਲੀਜੈਂਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ। ਯਾਦ ਰਹੇ ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ ਯੂਪੀਐਸਸੀ ਵੱਲੋਂ ਸਰਕਾਰ ਨੂੰ ਤਿੰਨ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਸੀ। ਇਸ ਪੈਨਲ ਵਿੱਚ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ, ਮਿਥलेश ਕੁਮਾਰ तिवारी ਤੇ ਵਿਰੇਸ਼ ਕੁਮਾਰ ਪਾਵੜਾ ਦੇ ਨਾਮ ਸ਼ਾਮਲ ਸਨ। ਇਸ ਪੈਨਲ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਚ ਇਸ ਤੇ ਨਾਲ ਹੀ ਇਹ ਮਾਮਲੇ ਅਦਾਲਤ ਵਿੱਚ ਜਾਣ ਦਾ ਅਸਰ ਬਣ ਗਏ ਹਨ ਕਿਉਂਕਿ ਗੁਪਤਾਰੀ ਚੋਣ ਲਈ ਕਈ ਸੀਨੀਅਰ ਅਫਸਰਾਂ ਨੂੰ ਪਾਸ ਕਰਕੇ ਹੋਈ ਹੈ ਦਰਸਲ ਯੂਪੀਐਸਸੀ ਵੱਲੋਂ ਭੇਜੇ ਪੈਨਲ ਵਿੱਚ 185 ਬੈਚ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਾਫਾ 2086 ਬੈਚ ਦੇ ਅਧਿਕਾਰੀ ਸਿਦਾਰਥ ਚੋਟੋਪਾਦੇ ਹਾਏ ਲੰਬੇ ਕਰ ਦਿੱਤਾ ਹੈ ਮੁਸਤਫਾ ਡੀਜੀਪੀ ਦੇ ਅਦਾਲੀ ਸੱਤ ਤੋਂ ਮਜ਼ਬੂਤ ਆ위원 ਮੰਨੇ ਜਾ ਰਹੇ ਸੀ ਪਤਾ ਲੱਗਾ ਹੈ ਕਿ ਜਿਨ੍ਹਾਂ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਪੈਨਲ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਹੈ ਉਹਨਾਂ ਅਧਿਕਾਰੀਆਂ ਨੇ ਪੈਨਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਂਦਾ ਫੈਸਲਾ ਕਰ ਲਿਆ ਹੈ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਨਲ ਦੀ ਚੋਣ ਕੀਤੇ ਜਾਂਦਿਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ ਜਾਂਦਾ ਖ਼ਬਰ ਰਿਪੋਰਟ ਅਵਾਜ਼ੀ ਕੌਮ ਟੀਵੀ